ਸਰ ਤੁਸੀਂ ਪਾਕਿਸਤਾਨ ਦੇ ਵਿੱਚ ਤੁਹਾਡੇ ਬਜ਼ੁਰਗ ਹੁੰਦੇ ਸੀ ਉਹ ਕੀ ਕਾਰੋਬਾਰ ਕਰਦੇ ਸੀ ਉੱਥੇ ਉੱਥੇ ਵੀ ਖੇਤੀਬਾੜੀ ਕਰਦੇ ਤੇ ਪਾਕਿਸਤਾਨ 'ਚ ਵੀ ਤੇ ਇੱਧਰ ਆ ਕੇ ਹੁਣ ਤੁਸੀਂ ਕੀ ਕਾਰੋਬਾਰ ਕਰਦੇ ਹੋ ਵੀ ਉਹੀ ਕੰਮ ਕਰਦੇ ਨੇ ਖੇਤੀਬਾੜੀ ਹੁੰਦੀ ਹੈ ਸਾਰੇ ਕਰਦੇ ਨੇ ਜਿੱਦਾਂ ਤੁਹਾਡੀ ਜ਼ਮੀਨ ਵੀ ਉੱਧਰ ਰਹਿ ਗਈ ਹੋਣੀ ਹੈ ਹਨਾ ਸਾਰੀ ਇੱਧਰ ਆ ਕੇ ਬਾਕੀ ਲੋਕਾਂ ਨੂੰ ਸਾਰਿਆਂ ਨੂੰ ਮਿਲ ਗਈ ਜੀ ਉਸ ਦੇ ਹਿਸਾਬ ਨਾਲ ਉਹਦੇ ਨਾਲ ਦੁੱਗਣੀ ਮਿਲੀ ਹੈ ਸਭ ਹਾਂਜੀ ਮਤਲਬ ਕਿ ਤੁਹਾਨੂੰ ਜਦੋਂ ਤੁਸੀਂ ਉਧਰੋਂ ਆ ਕੇ ਇੱਧਰ ਵਸੇ ਹੋ ਤੁਹਾਨੂੰ ਕਈ ਦਿੱਕਤਾਂ ਵੀ ਆਈਆਂ ਹੋਣਗੀਆਂ ਹਨਾ ਬਜ਼ੁਰਗਾਂ ਨੂੰ ਕਈ ਸਾਡੇ ਬਜ਼ੁਰਗ ਦੱਸਦੇ ਨੇ ਵੀ ਕਈ ਪੜਾ ਕਰੇ ਨੇ ਆ ਕੇ ਜਿੱਦਾਂ ਸਾਡਾ ਪਿਛੋਕੜ ਦਾ ਆਹ ਰੋਪੜ ਦੇ ਕੋਲ ਹੈ ਸੋਲਖੀਆਂ ਪਿੰਡ ਅਸੀਂ ਉੱਥੇ ਪਹਿਲਾਂ ਆਏ ਹੈ ਉਹਦੇ ਬਾਅਦ 'ਚ ਅਸੀਂ ਆਹ ਨਜ਼ਦੀਕ ਪਿੰਡ ਹੈ ਮਾਜਰੇ ਉੱਥੇ ਆ ਗਏ ਮਾਜਰੇ ਤੋਂ ਬਾਅਦ 'ਚ ਅਸੀਂ ਮਾਨਕਪੁਰ ਸ਼ਰੀਫ ਆ ਕੇ ਵਸੇ ਹੈ ਹੁਣ ਇੱਥੇ 1947 ਦੇ ਇੱਥੇ ਵਸੇ ਹੋਏ ਅਸੀਂ ਇਹ ਜਿਹੜਾ ਮਾਨਕਪੁਰ ਸ਼ਰੀਫ ਕਰਕੇ ਪਿੰਡ ਦਾ ਨਾਮ ਹੈ ਹਨਾ ਇਹ ਕਦ ਕਿਹਦੇ ਤੋਂ ਪਿਆ ਇਹ ਮਾਨਕਪੁਰ ਸ਼ਰੀਫ ਇਹ ਰੌਜੇ ਦੇ ਨਾਲ ਪਿਆ ਜੀ ਆਹ ਜਿਹੜਾ ਮਾਜਰ ਹੈ ਨਾ ਇਹਦੇ ਨਾਮ ਮਾਜਰ ਸ਼ਰੀਫ ਹੈ ਮਾਜਰ ਸ਼ਰੀਫ ਬੋਲਦੇ ਨੇ ਦਰਗਾਹ ਹੈ ਇੱਥੇ ਬਹੁਤ ਵੱਡੀ ਦਰਗਾਹ ਹੈ ਚਲੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਦੇ ਲਈ ਇਸ ਪਿੰਡ ਦੇ ਮਹਾਨ ਇਤਿਹਾਸ ਵਿੱਚ ਇਸ ਸਰੋਵਰ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਕਹਿੰਦੇ ਨੇ ਕਿ ਕਿਸੇ ਸਮੇਂ ਇਸ ਪਿੰਡ ਦੇ ਵਿੱਚ ਪਾਣੀ ਦੀ ਕਮੀ ਹੋਇਆ ਕਰਦੀ ਸੀ ਤਾਂ ਇਸ ਜਗ੍ਹਾ ਤੋਂ ਕੁਦਰਤੀ ਤੌਰ ਤੇ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਇਸ ਦਰਗਾਹ ਦਾ ਇਤਿਹਾਸ ਕੀ ਹੈ ਕਦੋਂ ਤੋਂ ਇਹ ਇਸ ਜਗ੍ਹਾ ਤੇ ਸਥਾਪਿਤ ਹੈ ਔਜ਼ੁ ਬਿੱਲਾਹਿ ਮਿਨ ਸ਼ੈਤਾਨ ਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਇਹ ਜਿਹੜਾ ਦਰਬਾਰ ਹੈ ਜੀ ਹਜ਼ਰਤ ਹਾਫਿਜ਼ ਮੁਹੰਮਦ ਮੂਸਾ ਚਿਸ਼ਤੀ ਸਾਗਰੀ ਰਹਿਮਤੁੱਲਾ ਅਲੈ ਮਾਨਕਪੁਰੀ ਜੋ ਕਿ ਚਿਸ਼ਤੀ ਸਾਗਰੀ ਘਰਾਣੇ ਨਾਲ ਸੰਬੰਧਿਤ ਹੈ ਹਿੰਦੁਸਤਾਨ ਦੇ ਜਿਹੜਾ ਵੱਡਾ ਦਰਬਾਰ ਹੈ ਹਜ਼ਰਤ ਖਵਾਜਾ ਮੋਨੂਦੀਨ ਚਿਸ਼ਤੀ ਅਜਮੇਰੀ ਸੰਜਰੀ ਅਤਾਏ ਰਸੂਲ ਗਰੀਬ ਨਵਾਜ ਉਹਨਾਂ ਦੇ ਸਿਲਸਿਲੇ 'ਚੋਂ ਹੈ ਬਾਬਾ ਫਰੀਦ ਜੀ ਤੋਂ ਬਾਅਦ ਸਾਬਿਰ ਪਾਕ ਦੇ ਸਿਲਸਿਲੇ 'ਚੋਂ ਇਹ ਜਿਹੜੇ ਬਜ਼ੁਰਗ ਹੈ ਹਜ਼ਰਤ ਹਾਫਿਜ਼ ਮੁਹੰਮਦ ਮੂਸਾ ਚਿਸ਼ਤੀ ਸਾਬਰੀ ਰਹਿਮਤੁੱਲਾ ਅਲੈ ਇਹਨਾਂ ਦਾ ਵੀ ਜਿਹੜਾ ਸਿਲਸਿਲਾ ਹੈ ਹਿੰਦੁਸਤਾਨ ਦੇ ਹਰ ਕੋਨੇ 'ਚ ਬਲੀ ਜਿਹੜੇ ਇਹਨਾਂ ਦੇ ਜਿਹੜੇ ਮਰੀਦ ਹੈ ਪਹੁੰਚੇ ਹੋਏ ਹੈ ਜਿਸ ਤਰ੍ਹਾਂ ਕਿ ਦੱਖਣੀ ਹੈਦਰਾਬਾਦ ਅਤੇ ਹੋਰ ਵੀ ਵੱਖ ਵੱਖ ਹਿੰਦੁਸਤਾਨ ਦੀਆਂ ਸਟੇਟਾਂ 'ਚ ਇਹਨਾਂ ਦੇ ਮਰੀਦਾਂ ਨੇ ਜਾ ਕੇ ਇਸ ਸਿਲਸਿਲੇ ਨੂੰ ਅੱਗੇ ਵਧਾਇਆ ਜੋ ਕਿ ਪੰਜਾਬ ਦੇ ਵਿੱਚ ਅੱਜ ਇਹ ਜਿਹੜਾ ਸਿਲਸਿਲਾ ਜਾਂ ਫਿਰ ਇਹ ਜਿਹੜਾ ਦਰਬਾਰ ਹੈ ਬਜ਼ੁਰਗਾਂ ਦਾ ਜੋ ਤਰੀਕਾ ਹੈ ਖਵਾਜਾ ਜੀ ਦਾ ਤਰੀਕਾ ਬਾਬਾ ਫਰੀਦ ਦਾ ਤਰੀਕਾ ਉਸੇ ਰਸਮੋ ਰਿਵਾਜ ਦੇ ਨਾਲ ਇੱਥੇ ਦੇ ਜਿਹੜੇ ਸਾਰੇ ਕੰਮ ਜ਼ਿਲ੍ਹਾ ਮੁਸਲਿਮ ਵੈਲਫੇਅਰ ਐਂਡ ਰੋਜ਼ਾ ਕਮੇਟੀ ਕਰਦੀ ਹੈ ਜੀ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰਦੇ ਹਾਂ ਇਸ ਪਿੰਡ ਦੇ ਵਿੱਚ ਮੁਸਲਮਾਨਾਂ ਦੀ ਗਿਣਤੀ ਦੀ ਹੈ ਨਾ ਤਾਂ ਮੁਸਲਿਮ ਧਰਮ ਨਾਲ ਸੰਬੰਧ ਰੱਖਣ ਵਾਲੇ ਕਿੰਨੇ ਭੈਣ ਭਰਾ ਇੱਥੇ ਇਸ ਪਿੰਡ ਦੇ ਵਿੱਚ ਮੌਜੂਦ ਨੇ ਇਹ ਜਿਹੜਾ ਪਿੰਡ ਹੈ ਜੀ ਮਾਨਕਪੁਰ ਸ਼ਰੀਫ ਸਨ 47 ਤੋਂ ਪਹਿਲਾਂ ਇਹ ਸਾਰੀ ਆਬਾਦੀ ਮੁਸਲਮਾਨਾਂ ਦੀ ਹੁੰਦੀ ਸੀ 47 ਤੋਂ ਬਾਅਦ ਇੱਥੋਂ ਜਿਹੜੇ ਮੁਸਲਮਾਨ ਸਾਰੇ ਹੈ ਪਾਕਿਸਤਾਨ ਚਲੇ ਗਏ ਅਤੇ ਅੱਜ ਇੱਥੇ ਕੋਈ ਆਬਾਦੀ ਨਹੀਂ ਹੈ ਇਹ ਜਿਹੜੀ ਦਰਬਾਰ ਦੀ ਦੇਖਭਾਲ ਹੈ ਇੱਕ ਡਿਸਟ੍ਰਿਕਟ ਲੈਵਲ 'ਤੇ ਕਮੇਟੀ ਰਜਿਸਟਰਡ ਹੈ ਅਤੇ ਉਹੀ ਇੱਥੇ ਸਾਰੇ ਲੋਕ ਰਲ ਕੇ ਸੇਵਾ ਸੰਭਾਲ ਕਰਦੇ ਹਾਂ